ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਜਾਣੇ ਜਾਂਦੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਇਸ ਮੌਕੇ ਜਿੱਥੇ ਉਹਨਾਂ ਨੂੰ ਅੱਜ ਕੁਟੀਕੋਟ ਪਰਨਾਮ ਕਰਦੇ ਆਂ ਤੇ ਆਓ ਜਾਣਨਾ ਪਉਂਦਿਆਂ ਕਿ ਕੌਣ ਸਨ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਨੇ 1980 ਤੋਂ ਬਾਅਦ ਕਾਲੇ ਦੌਰ ਦਾ ਲੰਮਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ ਇਸ ਕਾਲੇ ਦੌਰ ਦੇ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਨੂੰ ਬੇਮੌਤੇ ਮਾਰ ਦਿੱਤਾ ਗਿਆ ਇਸ ਦੌਰਾਨ ਕੁਝ ਅਜੇ ਸਿੱਖ ਜੋਧੇ ਵੀ ਹੋਏ ਸਨ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਇਸ ਜ਼ੁਲਮ ਦਾ ਸਾਹਮਣਾ ਕੀਤਾ ਤੇ ਇਨਸਾਫ ਲੈਣ ਲਈ ਲੰਬੀ ਜਦੋਜਹਿਦ ਕੀਤੀ ਜਿਸ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਵੀ ਇੱਕ ਅਜੇ ਹੀ ਸਿੱਖ ਜੋਤੇ ਸਨ ਜਿਨ੍ਹਾਂ ਨੇ ਇਸ ਕਾਲੇ ਦੌਰ ਦੇ ਵਿੱਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜੀ ਅਓ ਅੱਜ ਤੁਹਾਨੂੰ ਇਸ ਮਾਨ ਮਤੀ ਸਖਸ਼ੀਅਤ ਬਾਰੇ ਜਾਣੂ ਕਰਵਾਉਂਦੇ ਹਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਜੇ ਅਸੀਂ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਕਹਿ ਦਈਏ ਤਾਂ ਇਹ ਕੋਈ ਵੀ ਅਤਕਥਨੀ ਨਹੀਂ ਹੋਵੇਗੀ ਤਰਨਤਾਰਨ ਦੇ ਪਿੰਡ ਖਾਲੜਾ ਦੇ ਵਿੱਚ 1952 ਜਨਮੇ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ ਦਾ ਆਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਆਪਣੇ ਅੱਖੀਂ ਟੱਕਿਆ ਸੀ ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਕਾਰਕੁਨਸਲ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨੇ ਮਾਮਲੇ ਦਾ ਪੇਤ ਚੱਕਚਾਰ ਕੀਤਾ ਸੀ दरअसल ਭਾਈ ਖਾਲੜਾ ਨੇ ਪੰਜਾਬ ਦੇ ਵਿੱਚ ਖੜਕੂਵਾਦ ਦੌਰਾਨ ਜੂਨ 84 ਤੋਂ ਲੈ ਕੇ ਦਸੰਬਰ 1994 ਦਰਨ ਮਾਰੇ ਗਏ ਪੰਜਾਬੀਆਂ ਦੀਆਂ 6017 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਤਿਆਰ ਕੀਤਾ ਸੀ ਜੋ ਅੰਮ੍ਰਿਤਸਰ ਪੱਟੀ ਤੇ ਤਰਨਤਾਰ ਦੇ ਸਿਵਿਆਂ ਤੋਂ ਇਕੱਠਾ ਕੀਤਾ ਗਿਆ ਸੀ ਸਿਵਿਆਂ ਦੇ ਵਿੱਚ ਇੱਕ ਰਜਿਸਟਰ ਹੁੰਦਾ ਹੈ ਜਿਸ ਦੇ ਵਿੱਚ ਲਾਸ਼ ਦਾ ਨਾਂ ਤੇ ਪਿੰਡ ਦਾ ਨਾਂ ਪਿਤਾ ਦਾ ਨਾਮ ਉਮਰ ਅੰਮ੍ਰਿਤ ਤਾਰੀਖਾਂ ਮੂਨਾ ਆਦ ਸਾਰੇ ਬਾਰੇ ਵੇਰਵਾ ਹਤਰ ਜੁ ਹੁੰਦਾ ਪਰ ਇਹਨਾਂ ਦੇ ਵਿੱਚੋਂ ਕਈ ਲਾਸ਼ਾਂ ਦੇ ਪੁਕਤਾ ਪਤੇ ਉਹਨਾਂ ਦੇ ਹੱਥ ਲੱਗੇ ਗਏ ਐਨਰਜੀ ਇਸ ਤਰ੍ਹਾਂ ਦੇ ਵਿੱਚ 6017 ਲਾਸ਼ਾਂ ਦੇ ਕਾਲਮ ਦੇ ਨਾਲ ਹੋਰ ਜਾਣਕਾਰੀ ਦੇ ਵਿੱਚ ਕਿਸ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰਿਆ ਅਤੇ ਕਿਹੜਾ ਪੁਲਿਸ ਮੁਲਾਜ਼ਮ ਕਿੰਨੀਆਂ ਲਾਸ਼ਾਂ ਲੈ ਕੇ ਆਇਆ ਇਹ ਵੀ ਦਰਜ ਕੀਤਾ ਹੋਇਆ ਸੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਲਾਸ਼ਾਂ ਨੂੰ ਅਣਪਛਾਤੀਆਂ ਦੱਸ ਕੇ ਸੰਸਕਾਰ ਕੀਤਾ ਗਿਆ ਸੀ ਜਾਂਦੇ ਖੇੜਕੇ ਪਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਸਨ ਪਰ ਅਫਸੋਸ ਕੀ ਅਦਾਲਤ ਨੇ ਇਸ ਦੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਪਾਈ ਖਾਲੜਾ ਨੇ ਦੇਸ਼ ਦੇ ਵਿੱਚੋਂ ਇਨਸਾਫ ਨਾ ਮਿਲਦਾ ਦੇਖ ਕੇ ਸਾਰਾ ਰਿਕਾਰਡ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਚਮਕਾ ਕਰ ਦਿੱਤਾ ਇਹਨਾਂ ਵੇਰਵਿਆਂ ਨੂੰ ਲੈ ਕੇ ਪਾਈ ਖਾਲੜਾ ਦੀ ਪੰਜਾਬ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨਾਲ ਬੈਸ ਵੀ ਹੋਈ ਸੀ ਪਰ ਪਾਈ ਖਾਲੜਾ ਦਾ ਇੱਕੋ ਸਵਾਲ ਸੀ ਕਿ ਪੁਲਿਸ ਨੇ ਇਨ ਨੌਜਵਾਨ ਕਿਸ ਆਧਾਰ ਤੇ ਤੇ ਕਿਉਂ ਖਤਮ ਕੀਤੇ ਜਿਵੇਂ ਹੀ ਲਾਸ਼ਾਂ ਦੇ ਮੁੱਦੇ ਨੂੰ ਲੈ ਕੇ ਭਾਈ ਖਾਲੜਾ ਦਾ ਨਾਮ ਸਾਹਮਣੇ ਆਇਆ ਉਵੇਂ ਹੀ ਪਾਈਖਲੜਾ ਦੀਆਂ ਮੁਸ਼ਕਲਾਂ ਵਿਵਦਨੀਆਂ ਸ਼ੁਰੂ ਹੋ ਗਈਆਂ ਹੁਣ ਉਹ ਪੂਰੀ ਤਰ੍ਹਾਂ ਪੁਲਿਸ ਦੀ ਨਜ਼ਰ ਵਿੱਚ ਆ ਚੁੱਕੇ ਸਨ ਦਰਸਲ ਪੰਜਾਬ ਪੁਲਿਸ ਪਾਈਖਲੜੇ ਪਾਸੋਂ ਅਜਾਈ ਗੱਲ ਅਖਮੋਣਾ ਚਾਹੁੰਦੇ ਸਨ ਕਿ ਜਿਸ ਨਾਲ ਅਣਪਛਾਤੀਆਂ ਲਾਸ਼ਾਂ ਦੇ ਸੱਚ ਤੇ ਪਰਦਾ ਪਾਇਆ ਜਾ ਸਕੇ ਅਖੀਰ 6 ਸਤੰਬਰ 1995 ਨੂੰ ਪੁਲਿਸ ਦੀਆਂ ਜਿਪਸੀਆਂ ਦੀ ਇੱਕ ਟਾੜ ਆਈ ਤੇ ਪਾਈਖਲੜਾ ਨੂੰ ਉਹਨਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ ਥਾਣਾ ਚਬਾਲ ਦੇ ਇੱਕ ਸੈੱਲ ਦੇ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ ਪਰ ਪੁਲਿਸ ਦਾ ਤਸ਼ੱਦਦ ਪਾਈ ਖਾਲੜਾ ਨੂੰ ਸੱਤ ਸਾਲ ਤੋਂ ਪਿਛੇ ਨਹੀਂ ਹਟਾ ਸਕਿਆ ਆਖਰਕਾਰ ਉਹਨਾਂ ਦੀ ਲਾਪਜੀ ਗਿਲਾਸ਼ ਨੂੰ ਹਰੀਕੇ ਪੱਤਨ ਰਾਜਸਥਾਨ ਨਹਿਰ ਦੇ ਵਿੱਚ ਰੂੜ ਦਿੱਤੀ ਗਈ ਸੀਬੀ ਨੇ ਖਾਲੜਾ ਕਿਸ ਦੀ ਡੰਗਾਈ ਨਾਲ ਜਾਂਚ ਪੜਤਾਲ ਕੀਤੀ ਤਾਂ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਤੇ ਸਜ਼ਾਵਾਂ ਦਿੱਤੀਆਂ ਪਾਈ ਖਾਲੜਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਾਲੀ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅੱਜ ਵੀ ਪਾਈ ਖਾਲੜਾ ਦੇ ਸੰਘਰਸ਼ ਨੂੰ ਲੈ ਕੇ ਅੱਗੇ ਬਾਤ ਰਹਿਣੇ ਬਿਊਰੋ ਰਿਪੋਰਟ ਲੋਕ ਆਪੀਨੀਅਨ ਬਠਿੰਡਾ